ਇੱਕ ਤੇਜ਼ ਰਫ਼ਤਾਰ BMW ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿਸਨੇ ਕਿ ਇੱਕ ਬਾਈਕ ਦੇ ਉੱਤੇ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਹਾਲਾਂਕਿ ਟੱਕਰ ਇੰਨੀ ਭਿਆਨਕ ਸੀ ਕਿ ਜੋ ਬਾਈਕ ਹੈ ਉਹ ਕਾਰ ਅਤੇ ਇੱਕ ਟਰੱਕ ਦੇ ਵਿਚਕਾਰ ਹੀ ਫਸ ਜਾਂਦਾ ਹੈ ਅਤੇ ਤਿੰਨੋਂ ਨੌਜਵਾਨ ਇਸ ਦੇ ਉੱਤੇ ਸਵਾਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ BMW ਕਾਰ ਹੈ ਉਸਦੇ ਸਾਰੇ ਹੀ ਏਅਰ ਬੈਗ ਖੁੱਲ ਜਾਂਦੇ ਨੇ ਅਤੇ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਵੱਡੀ ਖਬਰ ਜ਼ੀਰਕਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਲਗਜ਼ਰੀ ਗੱਡੀ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ ਹੈ। ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੜਕ ਦੇ ਉੱਤੇ ਜਾਮ ਲਗਾ ਦਿੱਤਾ। ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਦਾ ਹੈ ਅਤੇ ਹੁਣ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਤਾਂ ਇਹ ਤਸਵੀਰਾਂ ਜ਼ੀਰਕਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਦੇਰ ਰਾਤ ਇੱਕ BMW ਕਾਰ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਬਾਈਕ ਸਵਾਰ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਭਿਆਨਕ ਤਸਵੀਰਾਂ ਜ਼ੀਰਕਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ BMW ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਕੌਣ ਸਾ ਆਇਆ ਥਾ ਔਰ ਪਤਾ ਨਹੀਂ ਫਿਰ ਕਿਆ ਹੋਆ ਕਿਆ ਨਹੀਂ, ਹਮਾਰੇ ਪਾਸ ਖਬਰ ਪਹੁੰਚੀ ਜਬ ਜਾ ਕੇ ਲੜਕੇ ਕੇ ਪਾਪਾ ਆਏ ਹੋਏ ਥੇ, ਮੇਰਾ ਨਾਮ ਜਸ਼ਨਦੀਪ ਸਿੰਘ ਹੈ ਜੀ। ਭਾਜੀ ਕੀ ਹੋਇਆ ਇੱਥੇ ਉਹ ਦੱਸੋ। ਭਾਜੀ ਇੱਥੇ ਜਿਹੜਾ ਟਰੱਕ ਆ ਇਹਦਾ ਪਹਿਲਾਂ ਹੀ ਖੜਾ ਸੀਗਾ ਜੀ ਇੱਥੇ, ਜਿਹੜੇ ਮੋਟਰਸਾਈਕਲ ਵਾਲੇ ਮੁੰਡੇ ਆ ਉਹ ਇੱਧਰੋਂ ਆਇਆ ਜੀ, ਲੋਕ ਜਿਹੜੀ ਵੀ ਜਗ੍ਹਾ ਵੱਜਦੀ ਆ ਇਹ ਇੱਧਰਲੀ ਸਾਈਡ ਤੋਂ ਆਇਆ। ਜਿਹੜੀ ਗੱਡੀ ਸੀਗੀ ਉਹ ਲਾਲ ਬੱਤੀ ਜੰਪ ਕਰਕੇ ਉਹਦੇ ਮੋਟਰਸਾਈਕਲ ਵਾਲੇ ਵਿੱਚ ਮਤਲਬ ਟਰੱਕ ਦੇ ਵਿੱਚ ਵੱਜੇ ਆ ਜਾ ਕੇ। ਮੋਟਰਸਾਈਕਲ ਦੇ ਤਿੰਨ ਬੰਦੇ ਸੀਗੇ, ਇੱਕ ਦਾ ਜਾ ਕੇ ਗੱਡੀ ਦੇ ਮੂਹਰੇ ਡਿੱਗਿਆ ਟਰੱਕ ਦੇ, ਦੂਜਾ ਵਿਚਾਲੇ ਡਿੱਗਿਆ, ਤੀਜਾ ਵਿਚਾਰੇ ਜਵੇ ਡੈੱਡ ਹੋ ਗਿਆ ਸੀਗਾ। ਉਹ ਇੱਥੇ ਹੀ ਡੈੱਡ ਹੋ ਗਿਆ ਸੀ, ਉਹ ਇੱਥੇ ਹੀ ਡੈੱਡ ਹੋ ਗਿਆ ਸੀਗਾ ਜੀ। ਗੱਡੀ ਦੀ ਸਪੀਡ ਕਿੰਨੀ ਕੀ ਸੀ? ਗੱਡੀ ਦੀ ਸਪੀਡ ਬਾਈ ਜਦੋਂ ਅਸੀਂ ਚੈੱਕ ਕਰੀਏ 146 ਦੇ ਮੀਟਰ ਸੀਗਾ ਜੀ। ਉਹ ਤਾਂ ਪੈਟਰੋਲ ਦੀ ਸੂਈ ਹੈ ਭਾਜੀ। ਭਾਜੀ ਪੈਟਰੋਲ ਦੀ ਸੂਈ ਨਹੀਂ ਹੈਗੀ ਜੀ, ਪੈਟਰੋਲ ਦੀ ਸੂਈ ਪਰਲੇ ਪਾਸੇ ਆ। ਜਿਹੜਾ RPF ਆ, RPF ਪਹਿਲਾਂ ਸੀਗਾ ਜਦੋਂ ਪੁਲਿਸ ਮੁਲਾਜ਼ਮ ਆਏ ਆ, ਇਹਨਾਂ ਨੇ ਗੱਡੀ ਮਤਲਬ ਉਰੋਂ ਬੰਦ ਕਰਤੀ ਆ ਅਤੇ ਉਦੋਂ ਬਾਅਦ ਲਾਈਟਾਂ ਲੁੱਟਾਂ ਸਾਰਾ ਕੁਛ ਇਹਨਾਂ ਨੇ ਆਪ ਬੰਦ ਕਰੀ ਆ ਜੀ। ਅਤੇ ਉਹ ਜਿਹੜੇ ਬੰਦੇ ਫੜਿਆ ਸੀ ਉਹ ਵੀ ਦੱਸੋ ਭਾਜੀ। ਇੱਥੋਂ ਬੰਦਾ ਇਹਨਾਂ ਨੇ ਜਦੋਂ ਪਬਲਿਕ ਆਈ ਆ ਸਾਰੀ, ਜਦੋਂ ਐਕਸੀਡੈਂਟ ਕਾਰ ਮਤਲਬ ਜੇ ਘਟਨਾ ਹੋਈ ਆ, ਇਹਨਾਂ ਨੇ ਸਾਰਿਆਂ ਨੇ ਕੁੱਟਮਾਰ ਕਰਕੇ ਬੰਦਾ ਇੱਥੇ ਖੜਾ ਕਰਿਆ ਜੀ। ਪਹਿਲਾ ਬੰਦਾ ਭੱਜ ਗਿਆ, ਅਸੀਂ ਉਹਨੂੰ ਫੇਰ ਵਾਪਸ ਲੈ ਗਏ, ਜਿਹੜਾ ਗੱਡੀ ਦਾ ਡਰਾਈਵਰ ਸੀ, ਜਿਹੜਾ ਗੱਡੀ ਦਾ ਡਰਾਈਵਰ ਸੀਗਾ। ਤੇ ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਆਏ ਆ, ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕਿਹਾ ਜੀ ਪਹਿਲਾਂ ਗੱਡੀ ਦੇ ਚ ਜਾ ਕੇ ਬੈਠੋ, ਉਦੋਂ ਬਾਅਦ ਸਾਨੂੰ ਬੰਦਾ ਨਹੀਂ ਦਿਖਿਆ ਉਹਨੇ। ਪੁਲਿਸ ਨੇ ਭਜਾਤਾ ਫਿਰ ਕਹਿਣਾ? ਹਾਂਜੀ ਹਾਂਜੀ, ਸਾਫ ਗੱਲ ਆਈ ਜਿਹੜੀ ਆ ਆਪਣੀ ਹਾਈਵੇ ਵਾਲੀ ਟੀਮ ਆਈ ਆ, ਇਹਦੇ 'ਚ ਆਪਣਾ ਬੋਦਾ ਜਿਹੜਾ ਪੁਲਿਸ ਵਾਲਾ ਜਿਹਦੇ ਸਟਾਰ ਵਾਲਾ ਬੰਦਾ ਵਾ, ਇਹਦੇ ਇੱਥੇ ਆ ਕੇ ਪਬਲਿਕ ਨੂੰ ਸਾਈਡ 'ਤੇ ਕਰਦਾ ਜੀ ਅਤੇ ਬੰਦਾ ਭਜਾਤਾ।